अच्छा जे अच्छा अच्छा बहुत ज्यादा दूर अमरेलकोट ला हो गया संगरूर बठिंडा सारे कंट्रीया च आंदे नहीं, नहीं। शादी हरीकनी भी मैं सुनले ਤੁਹਾਡੇ ਫੁੱਲ ਚਰਚੇ ਰਾਤ ਡਾਣੇ ਚ ਵੀ ਆਪਣੀ ਬੋਲਾ ਬਾਈ ਜੀ ਰਾਤ ਡਾਣੇ ਚ ਵੀ ਬੋਲਾ ਬਾਈ ਜੀ अच्छा अच्छा ਰਾਤ ਰੈਣੇ ਬੜੀ ਦੂਰ ਦੂਰ ਤੱਕ ਬਾਈ ਜੀ ਦੇ ਚਰਚੇ ਨੇ ਤੇ ਆ ਜੀ ਵਾ ਚੱਬ ਚੱਬ ਕੇ ਭਗਾਤੇ ਤੇਰੇ ਯਾਰ ਨੇ ਨਹੀਂ ਤੂੰ ਗੱਲਾਂ ਹੁਣ ਕਿਹੜੀਆਂ ਕਰਦੀ ਬਾਜੀ ਵਾ ਮੈਂ ਖਬਰਾਂ ਸੁਣਨੀ ਆ ਖਬਰਾਂ ਚ ਬੋਲ ਕੇ ਕਹਿੰਦੇ ਬਹੁਤ ਗ੍ਰੇਟ ਇੰਨਾ ਘਟ ਗਿਆ ਇੰਨਾ ਘਟ ਗਿਆ ਕਹਿੰਦੇ ਤੇਲ ਦਾ ਤੁਸੀਂ ਸੋਚ ਵੀ ਨਹੀਂ ਸਕਦੇ ਸਾਰਿਆਂ ਦੇ ਕਹਿੰਦੇ ਵੀ ਜਿਹੜੇ ਮਸ਼ੀਨਰੀ ਚਲਾਉਂਦੇ ਨੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਆ ਗਈ ਹੈ ਮੈਨੂੰ ਵੀ ਹੋ ਗਿਆ ਮੈਂ ਤੇਲ ਘਟ ਗਿਆ ਗੱਡੀ ਚਲਾਇਆ ਕਰਾਂਗੇ ਨਿਆਰੇ ਵਾਲਾ ਗੱਡੀ ਨਾਲ ਜਾਏ ਨੇ ਜਰੂਰੀ ਵੀ ਸਕੂਟਰ ਟੱਕਰਨਾ ਜਦੋਂ ਮੈਂ ਪੈਟਰੋਲ ਪੰਪ ਦੇ ਗਿਆ ਉੱਥੇ ਪਤਾ ਲੱਗਾ ਕਹਿੰਦੇ ਜਿਹੜਾ ਤੇਲ ਉਹ ਤਾਂ ਸਾਰੀ 10 ਪੈਸੇ ਘਟਿਆ ਉੱਥੇ ਮੈਨੂੰ ਟੈਗ ਦੀ ਸ਼ਿਕਾਇਤ ਕਰਨ ਲੱਗੀ ਜੀ ਉਦੋਂ ਦੀ ਵੀ ਮੈਂ ਖਾਬਰਾਂ ਦੀ ਅਦਾਬ ਥੱਲੇ ਆਇਆ ਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਪ੍ਰੀਤ ਸਿੰਘ ਜੁੜਿਆ ਤੁਹਾਡੇ ਨਾਲ 20000 ਵਾਲੇ ਨਲ ਤੋਂ ਤੇ ਮੈਂ ਅੱਜ ਤੁਸੀਂ ਸੋਚ ਰਹੇ ਹੋਵੋਗੇ ਕਿਵੇਂ ਇਸ ਸ਼ਮਸ਼ਾਨ ਜਗ੍ਹਾ ਦੇ ਉੱਤੇ ਖੜੇ ਹਾਂ ਮੈਂ ਅੱਜ ਬਹੁਤ ਹੀ ਸੁੰਦਰ ਤੇ ਮਸ਼ਹੂਰ ਜੋੜੀ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦਿਖਾਉਂਗਾ ਮੈਂ ਬਹੁਤ ਹੀ ਜ਼ਿਆਦਾ ਪੰਜਾਬ ਚ ਕੀ ਪੂਰੇ ਵਰਲਡ ਦੇ ਵਿੱਚ ਬੜੀ ਮਸ਼ਹੂਰ ਜੋੜੀ ਹੈ ਤੇ ਆਓ ਆਪਾਂ ਮਿਲਦੇ ਆ ਮੈਂ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਕੈਮਰਾ ਮੜਾ ਜਾ ਹਾਂ ਇਹਨੂੰ ਕਰਕੇ ਜਿਰਾਸਲ ਉਹ ਜੋੜੀ ਆਪਾਂ ਦਿਖਾ ਦਈਏ ਆਓ ਜੀ ਆਓ ਤੁਸੀਂ ਸਾਰੇ ਇਹ ਨਾ ਸੋਚੋ ਕਿ ਸੁਸੁਨਸਾਨ ਜਗ੍ਹਾ ਤੇ ਕਿਉਂ ਆਇਆ ਕਿਉਂਕਿ ਇਹਨਾਂ ਨੂੰ ਮਿਲਣਾ ਬਹੁਤ ਹੀ ਮੁਸ਼ਕਿਲ ਸੀ ਇਹਨਾਂ ਨੂੰ ਬਹੁਤ ਮੁਸ਼ਕਲੀ ਨਾਲ ਮੈਂ ਫੜਿਆ ਕੋਕਾ ਇਹਨਾਂ ਨੂੰ ਬਹੁਤ ਸਾਰੇ ਕੰਮ ਹੋ ਗਏ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਓ ਸਾਡੇ ਦਰਸ਼ਕਾਂ ਨੂੰ ਪਹਿਲਾਂ ਤਾਂ ਪਤਾ ਲੋਧ ਕਰ ਦਈਏ ਹਾਂ ਜੀ ਸਾਰੇ ਦਰਸ਼ਕਾਂ ਦਾ ਧੰਨਵਾਦ ਜੀ ਬਹੁਤ ਬਹੁਤ ਤੇ ਅਸੀਂ ਸਾਡੇ ਦਰਸ਼ਕਾਂ ਨੂੰ ਤੁਸੀਂ ਦੱਸ ਸਕਦੇ ਹੋ ਆਪਦਾ ਆਪਦਾ ਨਾਮ ਮੇਰਾ ਨਾਮ ਹੈ ਜੀ ਹਾਕਮ ਬੋਲਾ ਜੀ ਠੀਕ ਹੈ ਜੀ ਤੇ ਤੁਹਾਡਾ ਭਾਬੀ ਜੀ ਮੇਰਾ ਨਾਮ ਸੈਲਜਾ ਜੀ ਸੈਲਜਾ ਜੀ ਵਾਹ ਜੀ ਵਾਹ ਕਿੰਨਾ ਸੋਹਣਾ ਨਾਮ ਹੈ ਭਾਬੀ ਜੀ ਦਾ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਪਲੀਜ਼ ਚੰਨਣਾ ਪਾਓ ਕਿ ਇਹ ਜੋੜੀ ਦੀ ਸ਼ੁਰੂਆਤ ਕਿੱਥੋਂ ਹੋਈ ਜੋੜੀ ਜੋੜੀ ਸ਼ੁਰ ਪਰਮਾਤਮਾ ਨੇ ਬਣਾਈਆ ਜੋੜੀ ਬੰਦੇ ਦੇ ਵਸ ਦੀ ਗੱਲ ਨਹੀਂ ਹਾਂ ਜਿਵੇਂ ਇੱਕ ਗਾਣਾ ਵੀ ਆਇਆ ਕਿ ਰੱਬ ਨੇ ਬਣਾਈਆਂ ਜੋੜੀਆਂ ਚਿੱਟੇ ਚਾਲ ਜਿਨ੍ਹਾਂ ਨੇ ਪੁੰਨ ਕੀਤੇ ਵਾਜੀ ਵਾ ਤੇ ਭਾਬੀ ਜੀ ਤੁਹਾਡਾ ਕੀ ਵਿਚਾਰ ਹੈ ਇਸ ਜੋੜੀ ਬਾਰੇ ਜਿਹੜਾ ਹੋਣ ਲਈ ਅਸੀਂ ਪੁੰਨ ਨਹੀਂ ਕਰਿਆ ਸੀ ਕੀੜੇ ਨੇ ਪੌਣ ਤੇ ਪਾਦੇ ਤੇ ਫਿਰ ਪੁੰਨ ਤਾਂ ਆਪੇ ਹੋ ਗਿਆ ਜੀ ਹਾਂ ਵਾਜੀ ਵਾ ਦੇਖੋ ਕਿੰਡੀ ਸੋਹਣੀ ਗੱਲ ਕਹੀ ਹੈ ਜੀ ਦੇਖੋ ਜੀ ਕਿੰਡੀ ਸੋਹਣੀ ਗੱਲ ਕਹੀ ਹੈ ਮੈਂ ਕੈਮਰਾਮੈਨ ਨੂੰ ਗੁਜਾਰਸ਼ ਕਰੂੰਗਾ ਇਹਨਾਂ ਦੀ ਕੱਲੀ ਕੱਲੀ ਗੱਲ ਨੂੰ ਜ਼ੂਮ ਕਰਕੇ ਦਿਖਾਇਆ ਕਰੋ ਤਾਂ ਜੋ ਦਰਸ਼ਕਾਂ ਤੱਕ ਪਹੁੰਚੇ ਇਹਨਾਂ ਨੇ ਕਿਹਾ ਵੀ ਅਸੀਂ ਚਿੱਟੇ ਚਾਲ ਪੁੰਨ ਨਹੀਂ ਅਸੀਂ ਕੀੜਿਆਂ ਨੂੰ ਖ ਪੁੱਣ ਵੀ ਆਪ ਦੇ ਆਪ ਹੋ ਗਿਆ ਭਾਬੀ ਤੁਹਾਡਾ ਕੀ ਵਿਚਾਰੇ ਇਸ ਬਾਰੇ ਸੱਚੀ ਵਿਚਾਰਤਾ ਇਹਨਾਂ ਨਾਲ ਹੀ ਨੇ ਜਿਵੇਂ ਇਹ ਕਹਿਣ ਵਾਹ ਜੀ ਵਾਹ ਦੇਖੋ ਕਿੰਨੇ ਸੋਹਣੇ ਵਿਚਾਰ ਨੇ ਕਹਿੰਦੇ ਵਿਚਾਰਤਾ ਇਹਨਾਂ ਨਾਲ ਹੀ ਨੇ ਜੋ ਇਹਨਾਂ ਨੇ ਕਹਿਤਾ ਵਾਹ ਜੀ ਵਾਹ ਕਿੰਨੇ ਦਰਸ਼ ਜੀ 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 ਵਿਚਾਰ ਮਿਲੇ ਨੇ ਤਾਂ ਹੀ ਜੋੜੀ ਬਣੀ ਹੈ ਜੀ ਕੀ ਬਾਤ ਹੈ ਜੀ ਜੇ ਵਿਚਾਰ ਮਿਲ ਨੇ ਜੋੜੀ ਤਾਂ ਹੀ ਬਣੀ ਹੈ ਵਾਹ ਜੀ ਵਾਹ ਬਹੁਤ ਹੀ ਸੁੰਦਰ ਤੁਹਾਡੀ ਜੋੜੀ ਤੁਹਾਡੀ ਜੋੜੀ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਹੋਰ ਬਹੁਤ ਲੱਟਰਮ ਪੱਟਰਮ ਦੇਸ਼ਾਂ ਦੇ ਵਿੱਚ ਤੁਹਾਡੀ ਜੋੜੀ ਮਸ਼ਹੂਰ ਹੈ ਸਾਡੇ ਰਾਜਸਥਾਨ ਤੋਂ ਵੀ ਫੋਨ ਆਉਂਦੇ ਨੇ ਜੀ ਅੱਛਾ ਜੀ ਅੱਛਾ ਅੱਛਾ ਬਹੁਤ ਜ਼ਿਆਦਾ ਦੂਰ ਅਮਰੀਲਕੋਟਲਾ ਹੋ ਸ਼ਾਦੀ ਹਰੀ ਕੰਨੀ ਵੀ ਮੈਂ ਸੁਣੇ ਤੁਹਾਡੇ ਫੁੱਲ ਚਰਚੇ ਨੇ ਰਾਤ ਡਾਣੇ 'ਚ ਵੀ ਆਪਣੀ ਬੋਲਾ ਬਾਈ ਜੀ ਰਾਤ ਡਾਣੇ 'ਚ ਵੀ ਬੋਲਾ ਬਾਈ ਜੀ ਅੱਛਾ ਅੱਛਾ ਰਾਤ ਰੈਣੇ ਬੜੀ ਦੂਰ ਦੂਰ ਤੱਕ ਬਾਈ ਜੀ ਦੇ ਚਰਚੇ ਨੇ ਤੇ ਤੁਹਾਡੀ ਜੋੜੀ ਮੱਲਾ ਤੁਸੀਂ ਇੰਸਟਾਗ੍ਰam ਟਿਕਟੌਕ ਤੇ ਵੀ ਬਹੁਤ ਮਸ਼ਹੂਰ ਹੋ ਜੀ ਮਾ ਸਾਰੇ ਚੱਬ ਚੱਬ ਕੇ ਭਗਾਤੇ ਮਾ ਜੀ ਬਾਜੀ ਵਾ ਚੱਬ ਚੱਬ ਕੇ ਭਗਾਤੇ ਤੇਰੇ ਯਾਰ ਨੇ ਨਹੀਂ ਤੂੰ ਗੱਲਾਂ ਹੁਣ ਕਿਹੜੀਆਂ ਕਰਦੀ ਬਾਜੀ ਵਾ ਅੱਛਾ ਜੀ ਤੇ ਹੋਰ ਤੁਸੀਂ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮਾ ਜੀ ਮੈਸੇਜ ਤਾਂ ਕੀ ਦੇਣਾ ਵੀ ਰਾਜੀ ਖੁਸ਼ੀ ਰਹਾ ਕਰੋ ਚੰਗਾ ਖਾਇਆ ਕਰੋ ਮੱਦਾ ਬੋਲਿਆ ਉਹ ਸੌਰੀ ਮੰਦਾ ਨਾ ਬੋਲਿਆ ਕਰੋ ਵੀ ਚੰਗੀ ਬੋਲਿਆ ਕਰੋ ਚੰਗਾ ਬੋਲਿਆ ਕਰੋ ਦੇਖੋ ਜੀ ਕਿੰਨਾ ਸੋਹਣਾ ਮੈਸੇਜ ਤੇ ਇੱਕ ਮੇਰਾ ਹੋਰ ਸਵਾਲ ਤੀਜੀ ਤੁਹਾਡੇ ਨਾਲ ਇਹ ਭਾਬੀ ਜੀ ਪਹਿਲਾਂ ਥੋੜੇ ਪਤਲੇ ਹੁੰਦੇ ਸੀ ਇਹਨਾਂ ਦੇ ਮੋਟੇ ਹੋਣ ਦਾ ਕੀ ਰਾਜੇ ਜੀ ਛੋਟੇ ਚ ਕੌਣ ਦੱਸੂਗਾ ਅੱਛਾ ਅੱਛਾ ਹਾਂ ਜੀ ਹਾਂ ਜੀ ਏ ਪਤਾ ਕੀ ਕੀ ਆ ਜੀ ਗੱਲ ਆ ਇਹ ਪੰਜੀਰੀ ਆ ਖਾਂਦੀ ਆ ਜੀ ਜਿਵੇਂ ਮੈਂ 17 ਫੀਟ ਖਾਂਦੀ ਹੋਵੇ। ਕੀ ਬਾਤ ਆ ਜੀ। ਪਤਾ ਕੀ ਆ ਜੀ 4 ਦਿਨ ਨਹੀਂ ਬੰਦੀ ਉਹਦੀ ਮੈਨੂੰ ਸਮਾਨ ਲਿਖ ਕੇ ਦੇ ਦਿੰਦਾ ਨਹੀਂ ਕਹਿੰਦੇ ਪੰਜੀਰੀ ਰਲਾਣੀ ਆਪਣਸਾਰੀ ਜਦੋਂ ਸਮਾਨ ਲਿਆ। ਫਿਰ ਜਿਹੜਾ ਸਮਾਨ ਲਿਖਦੀ ਆ ਇੰਨਾ ਲਿਖਦੀ ਆ ਇੰਨਾ ਲਿਖਦੀ ਆ ਪਤਾ ਨਹੀਂ ਕਿੱਥੋਂ ਤਾਂ ਇਹ ਸਿੱਖ ਕੇ ਆਂਦੀ ਆ। ਯਾਨੀ ਕਿ 10 ਦੁਕਾਨਾਂ ਤੋਂ ਜਾ ਕੇ ਮੈਂ ਸਮਾਨ ਪੂਰਾ ਕਰਦਾ ਮੈਨੂੰ ਸ਼ਾਮ ਹੋ ਜਾਂਦੀ ਆ। ਮੈਂ ਕਹਿੰਦਾ ਨਾ ਯਾਰ ਦੋਸਤਾਂ ਨੂੰ ਵੀ ਰਿਸ਼ਤੇਦਾਰਾਂ ਨੂੰ ਵੀ ਅੱਜ ਮੈਨੂੰ ਫੋਨ ਨਾ ਕਰੋ ਅੱਜ ਮੈਂ ਪੰਜੀਰੀ ਦਾ ਸਮਾਨ ਲੈਣ ਚੱਲਿਆ। अच्छा जी अच्छे आते बाजी बा पंजीरी ਦਾ ਸਮਾਨ ਲੈਣ ਚੱਲਿਆ ਤੇ ਇਹੇ ਮੋٹے ਹੋਗੇ ਤੇ ਤੁਸੀਂ ਪਤਲੇ ਹੋਗੇ ਇਸ ਦਾ ਭਾਬੀ ਜੀ ਕੀ ਰਾਜ ਹੈ ਕੁਛ ਨਹੀਂ ਜੀ ਬੱਸ ਇਹ ਤਾਂ ਮੈਂ ਅੱਜਕੱਲ ਮੈਂ ਨਾ ਕੰਮ ਕੁਮ ਕਰਾ ਦਿੰਦੇ ਨੇ ਤਾਂ ਕਰਕੇ ਅੱਛਾ ਕੰਮ ਮਤਲਬ ਭਾਂਡੇ ਧੋਣੇ ਮੈਂ ਸਾਨੂੰ ਕੱਖ ਪਾਉਣੇ ਹਾਂਜੀ ਹਾਂ ਸਾਰਾ ਕੁਝ ਲਗਾ ਲਓ ਬਾਕੀ ਜਿਵੇਂ ਸਵੇਰੇ ਉੱਠ ਕੇ ਪਹਿਲਾਂ ਤਾਂ ਚਾਹ ਬਣਾਣੀ ਫਿਰ ਝਾੜੂ ਲਾਣੇ ਫਿਰ ਪੋਚੇ ਲਾਣੇ ਫਿਰ ਡੰਗਰਾ ਦਾ ਕਰਨਾ ਇਹਨਾਂ ਨੇ ਠੀਕੇ ਫਿਰ ਉਸ ਤੋਂ ਦੁਪਹਿਰ ਦਾ ਰੋਟੀ ਵਗੈਰਾ ਕੌਣ ਲਾਉਂਦਾ ਜੀ ਸਾਰਾ ਕੰਮ ਮੈਂ ਕਰਦਾ ਜੀ ਝਾੜੂ ਪੋਚੇ ਦਾ ਫਿਰ ਪਾਜੀ ਦਰਸ਼ਕਾਂ ਨੂੰ ਪਤਾ ਲੱਗ ਚੁੱਕਿਆ ਹੋਗਾ ਕਿ ਪਿਆਰ ਬਣਿਆ ਕਿਉਂ ਹੈ ਹੁਣ ਤੱਕ ਸਾਰਾ ਕੰਮ ਸਾਰਾ ਕੰਮ ਮੈਂ ਕਰਦਾ ਝਾੜੂ ਪੋਚੇ ਦਾ ਲਾ ਲੋ ਗੋਇਹ ਦਾ ਲਾ ਲੋ ਰੋਟੀ ਦਾ ਲਾ ਲੋ ਲਾਸਣ ਗੱਡੇ ਦਾ ਸਾਰਾ ਕੰਮ ਮੈਂ ਕਰਦਾ ਕਿਉਂ ਨੂੰ ਹੁੰਦਾ ਟਾਈ ਫਾਈਟ ਜੇ ਨੂੰ ਟਾਈ ਫਾਈਟ ਹੋ ਗਿਆ ਉਹ ਸਾਲਾ ਵਿਚਲ ਜਾਂਦਾ ਹੈ ਮੁੜ ਕੇ ਲੋਟ ਨਹੀਂ ਆਉਂਦਾ ਹੈ ਗਿਆ ਫਿਰ ਹਸਪਤਾਲ ਚ ਰਾਤਾਂ ਕੱਟਣੀਆਂ ਪੈਂਦੀਆਂ ਨੇ ਉਹੀ ਜੀ ਕਿੱਥੇ ਖਾਣਾ ਖੂਣਾ ਵੇ ਦੰਸ ਬਦਾਲਾ ਜੇ ਬੰਦੇ ਨੂੰ ਪ੍ਰੇਸ਼ਾਨੀ ਹੁੰਦੀ ਹੈ ਜੀ ਮੁੜ ਕੇ ਲੋਟਣਾ ਆਈ ਤੇ ਤੂੰ ਹੁਣ ਵਿਗਣੀ ਤੇ ਮੈਂ ਇੱਕ ਜਿਹੜੀ ਇੱਕ ਮੇਰੀ ਗੱਲ ਸੁਣ ਜਿਹੜੀ ਮੇਰੀ ਸਿਹਤ ਹੈ ਕਾਹਤੋਂ ਕਮਜ਼ੋਰ ਹੋਈ ਹੈ ਹਾਂਜੀ ਹਾਂਜੀ ਦੱਸੋ ਮੈਂ ਖਬਰਾਂ ਦੀ ਆਦਤ ਥੱਲੇ ਆ ਗਿਆ ਜੀ ਮੈਂ ਅੱਛਾ ਜੀ ਅੱਛਾ ਮਤਲਬ ਮਤਲਬ ਕਿਵੇਂ ਜੀ ਖਬਰਾਂ ਦੀ ਆਦਤ ਮੈਂ ਖਬਰਾਂ ਜਾਦੇ ਸੁਣਦਾ ਹੁੰਦਾ ਸੀ ਮੈਂ ਖਬਰਾਂ ਸੁਣੀਆਂ ਖਬਰਾਂ ਚ ਬੋਲ ਕੇ ਵੀ ਸਹੀ 12 ਵਜੇ ਅੱਜ ਰਾਤ ਨੂੰ ਪਚਾਲ ਆਊਗਾ ਅੱਛਾ ਜੀ ਅੱਛਾ ਤੇ ਫਿਰ ਤਵਾਹੀ 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 ਡਰ ਗਏ ਜੀ ਹਾਂਜੀ ਮੈਂ ਮੱਜਾ ਚੱਕਿਆ ਅੰਦਰੋਂ ਇਹ ਤਾਂ ਡਰੀ ਨਹੀਂ ਇਹਦਾ ਦਿਲ ਵੱਡਾ ਮੇਰਾ ਥੋੜਾ ਜਿਹਾ ਦਿਲ ਛੋਟਾ ਮੈਂ ਮੱਜਾ ਚੱਕਿਆ ਬਾਹਰ ਵੇੜੇ ਚੜਾ ਲਿਆ ਜੀ ਅੱਛਾ ਜੀ ਸੰਗਣੀ ਧੁੰਦ ਆ ਗਈ ਠਾਕਾ ਚੱਲ ਪਿਆ ਸਾਰੀ ਹੱਡ ਜੁੜ ਗਏ ਜੀ ਅੱਛਾ ਜੀ ਅੱਛਾ ਅੱਛਾ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਇੱਕ ਹੋਰ ਦੱਸੋਗੇ ਤੁਹਾਡੀ ਇਸ ਸੰਗਣੀ ਦਾ ਮੁੱਛ ਦਾ ਕੀ ਰਾਜ ਹੈ ਜੀ ਇਹ ਤਾਂ ਜੀ ਪੁੱਛੋ ਨਾ ਜੀ ਇਹ ਤਾਂ ਕੀ ਕਹਿੰਦੇ ਨੇ ਹੁੰਦੇ ਨੇ ਸਰੋਂ ਦਾ ਤੇਲ ਆ ਹੋਪੇ ਦਾ ਤੇਲ ਇਹ YouTube ਤੋਂ ਕੱਢ ਦਿਆ ਬਰੀਕ ਬਰੀਕ ਚੀਜ਼ਾਂ ਜਿਵੇਂ ਲਿਖ ਕੇ ਦੇ ਦਾਂ ਦੀ ਆ ਫਿਰ ਮਾਰ ਅਗੜ ਰੋੜ ਕੇ ਲਾਈ ਜਾਂਦਾ ਉਹਦੇ ਸਿਆਹ ਬਣਾਲੇ ਫਿਰ ਮੁੱਛਾਂ ਆ ਠੀਕ ਜੀ ਠੀਕ ਹੈ ਮੁੱਛ ਫੁੱਟ ਗੱਭਰੂ ਜਿਹੜਾ ਆਪਾਂ ਕਹਿ ਸਕਦੇ ਵੀਰ ਨੂੰ ਤੁਸੀਂ ਹੁਣੇ ਮੁੱਛ ਫੁੱਟ ਗੱਭਰੂ ਬਣਿਓ ਬੜੀ ਸੋਹਣੀ ਪੱਗ ਬਨਈ ਆ ਬੜੀ ਸੋਹਣੀ ਹੋਰ ਗੱਲ ਦੱਸਾਂ ਜੀ ਹਾਂਜੀ ਹਾਂਜੀ ਐ ਮੈਂ ਖ਼ਬਰਾਂ ਸੁਣਨੀ ਆ ਖ਼ਬਰਾਂ ਚ ਬੋਲ ਕੇ ਕਹਿੰਦੇ ਬਹੁਤ ਗ੍ਰੇਟ ਇੰਨਾ ਘਟ ਗਿਆ ਇੰਨਾ ਘਟ ਗਿਆ ਕਹਿੰਦੇ ਤੇਲ ਦਾ ਤੁਸੀਂ ਸੋਚ ਵੀ ਨਹੀਂ ਸਕਦੇ ਸਾਰਿਆਂ ਦੇ ਕਹਿੰਦੇ ਵੀ ਜਿਹੜੇ ਮਸ਼ੀਨਰੀ ਚਲਾਉਂਦੇ ਨੇ ਉਹਨਾਂ ਦੇ ਚਿਹਰੇ ਤੇ ਮੁਸਕਾਨ ਆ ਗਈ ਹੈ ਮੈਨੂੰ ਵੀ ਹੋ ਗਿਆ ਮੈਂ ਤੇਲ ਘਟ ਗਿਆ ਗੱਡੀ ਚਲਾਇਆ ਕਰਾਂਗੇ ਨਿਆਰੇ ਵਾਲਾ ਗੱਡੀ ਨਾਲ ਜਾਏ ਨੇ ਜਰੂਰੀ ਵੀ ਸੂਟਰ ਟੱਕਰਨਾ ਜਦੋਂ ਮੈਂ ਪੈਟਰੋਲ ਪੰਪ ਦੇ ਗਿਆ ਉੱਥੇ ਪਤਾ ਲੱਗਾ ਕਹਿੰਦੇ ਜਿਹੜਾ ਤੇਲ ਉਹ ਤਾਂ ਸਾਰੀ 10 ਪੈਸੇ ਘਟਿਆ ਉੱਥੇ ਮੈਨੂੰ ਟੈਗ ਦੀ ਸ਼ਿਕਾਇਤ ਆਉਣ ਲੱਗੀ ਜੀ ਉਦੋਂ ਦੀ ਵੀ ਮੈਂ ਖਾਬਰਾਂ ਦੀ ਅਦਾਬ ਥੱਲੇ ਆਇਆ ਹਾਂ ਜੀ ਉਦੋਂ ਦੇ ਤੁਸੀਂ ਕਮਜ਼ੋਰ ਹੋ ਗਏ ਜਿਹੜਾ ਮੇਨ ਮੁੱਦਾ ਥੀ ਆਪਣਾ ਇੱਕ ਤੋਂ ਅੱਡੀ ਕੋਠੀ ਤੇਜੀ ਆਪਣਾ 8 ਲਿਖਿਆ ਹੋਇਆ ਜੀ ਦਾ ਕੀ ਮਤਲਬ ਹੋਇਆ ਕੀ ਤੁਸੀਂ ਦੱਸ ਸਕਦੇ ਹੋ ਇਹਦੇ ਬਾਰੇ ਤਾਂ ਜੀ ਫਿਰ ਮੈਂ ਦੱਸ ਨਹੀਂ ਸਕਦਾ ਕੀ ਫਾਇਦਾ ਜੀ ਅੱਛਾ ਜੀ ਅੱਛਾ ਅੱਛਾ ਮੈਨੂੰ ਲੱਗਿਆ ਵੀ ਕਿਤੇ ਕੋਈ ਤੁਹਾਡੀ ਜਨਮ ਤਰੀਕ ਜਾਂ ਤੁਹਾਡੇ ਡੈਡੀ ਦੀ ਤਰੀਕ ਕੋਈ ਫਲਾਣਾ ਤੇ ਕਿੜਾ ਹੋਵੇ ਕੁਸ ਹੈ ਹੈ ਜੀ ਹੈਗੀ ਰਹੀ ਹੀ ਗੱਲ ਹੈ ਜਿਹੜਾ ਮੇਰਾ ਜਨਮ ਹੈ ਉਹ 8 ਅਗਸਤ ਦਾ ਹੋਇਆ ਹੋਇਆ ਫਿਰ ਮੈਂ 8 ਹੀ ਲਿਖ ਰੱਖਿਆ ਹੋਇਆ ਜੀ ਅੱਛਾ ਜੀ ਅੱਛਾ ਠੀਕ ਹੈ ਜੀ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਇੱਕ ਵਾਰੀ ਮੈਂ ਹੋਰ ਗੱਲ ਦੱਸਦਾ ਇੱਕ ਵਾਰੀ ਫੇਰ ਆਗੇ ਦੀ ਮੈਂ ਖਾਬਰਾ ਦੀ ਆਪ ਥੱਲੇ ਖਾਬਰਾ ਆਗੀਆਂ ਖਾਬਰਾ ਜਪਾਰ-ਬਾਰ ਆਈ ਜਾਣ ਵੀ ਕ ਖਤਮ ਹੋ ਰਹੀ ਐ ਮੈਂ ਕੀ ਸੋਚਿਆ ਮੈਂ ਤਿੰਨ ਬੋਤਲਾਂ ਸ਼ਰਾਬ ਦੀਆਂ ਲਈਆਂ ਦਿਨ ਰਾਤ ਪੀ ਗਿਆ ਵੀ ਕੱਲ ਨੂੰ ਤਾਂ ਮਰੇ ਜਾਵਾਂਗੇ ਜਿਹੜੇ ਖਾ ਲਾਂਗੇ ਪੀ ਲਾਂਗੇ ਉਹ ਅਬਦਾ ਹੂੰ ਕੁਝ ਵੀ ਨਹੀਂ ਹੋਇਆ ਮੈਨੂੰ ਇਹ ਮੂਤ ਦਾ ਬੰਨ ਪੈ ਗਿਆ ਜਿਵੇਂ ਜੀ ਦੇਖੋ ਆਪਾਂ ਦਰਸ਼ਕਾਂ ਨੂੰ ਦੱਸਦੀ ਜੀ ਤੁਸੀਂ ਹੁਣ ਇੰਨੇ ਮਸ਼ਹੂਰ ਹੋ ਗਏ ਹਨਾ ਜੀ ਪੂਰੇ ਸੰਸਾਰ ਦੇ ਵਿੱਚ ਤੁਹਾਨੂੰ ਕੱਲਾ ਬੱਚਾ ਬੱਚਾ ਜਾਣਦਾ ਜੀ ਫਿਰ ਇਹ ਪ੍ਰਸਿੱਧੀ ਆਉਣ ਤੋਂ ਬਾਅਦ ਤੁਸੀਂ ਕਿੱਦਾਂ ਦਾ ਮਹਿਸੂਸ ਕਰ ਰਹੇ ਹੋ ਜੀ ਤੁਸੀਂ ਆਮ ਆਮ ਦੁਨੀਆ ਨਾਲੋਂ ਉੱਤੇ ਉੱਠ ਕੇ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਸੰਤਾ ਬਹੁਤ ਵਧੀਆ ਲੱਗਦਾ ਇਹ ਨਜ਼ਾਰੇ ਲੈਣੇ ਆ ਜੀ ਹਾਂ ਜਹਾਏ ਮਿਲਿਆਂ ਦੀ ਹਾਂ ਜਹਾ ਮਹਿਮਲਿਆ ਨਾ ਮਾ ਸਾਡੇ ਵਰਗੀ ਜੋੜੀ ਤਾਂ ਹੈ ਕਹਿੰਦਾ ਜੀ ਪ੍ਰਮਾਤਮਾ ਸਭ ਨੂੰ ਦੇਵੇ ਉਹ ਤਾਂ ਜੀ ਸਭ ਨੂੰ ਦੇਵੇ ਹਰੇਕ ਔਰਤ ਦੀ ਜੋ ਇਹ ਰਣਾਪਾ ਕਹਿ ਲਈਏ ਵੀ ਮੰਗ ਹੋਊਗੀ ਵੀ ਟੋਡੇ ਵਰਗਾ ਪਤੀ ਹਰ ਇੱਕ ਨੂੰ ਮਿਲੇ ਜਿਹੜਾ ਤੜਕੀ ਚਾਹ ਬਣਾ ਦੇ ਰੋਟੀ ਬਣਾ ਦੇ ਹੱਥ ਨੇ ਰੋਟੀ ਬਣਾ ਦੇ ਲੱਤਾ ਮਾਹਾਂ ਵੀ ਕੁੱਟਦੇ ਨੇ ਜੀ ਹਾਂਜੀ ਹਾਂ ਸਾਰੇ ਸ਼ੌਂਕ ਪੁਕਾਉਂਦੇ ਨੇ ਬਾਕੀ ਜੇ ਬਿਮਾਰ ਹੋ ਜਾ ਪੂਰੀ ਸੇਵਾ ਕਰਦੇ ਨੇ ਮਤਲਬ ਤੁਸੀਂ ਨੇ ਮਰ ਜੇ ਤਾਂ ਪੈਰ ਥੱਲੇ ਨਹੀਂ ਲਾਣ ਦਿੰਦੇ ਅੱਛਾ ਜੀ ਤੱਕ ਵੀ ਨਾ ਮੈਨੂੰ ਪਤਾ ਮੈਂ ਗੱਡੀ ਚਾਹੀਆ ਇੰਨਾ ਕ ਤੁਰਨਾ ਮੇਰੇ ਵਾਸਤੇ ਔਖਾ ਹੋ ਗਾ ਅੱਛਾ ਜੀ ਨੀ ਰਹੀ ਨਾ ਤੁਰੰਦੀ ਠੀਕ ਹੈ ਜੀ ਠੀਕ ਹੈ ਜੀ ਸੈਰ ਕਰਾ ਕਰੋ ਫਿਰ ਇਹਨੂੰ ਗੱਡੀ ਚ ਲੈ ਕੇ ਘੁਮਾ ਦਿੰਦਾ ਨਾ ਜਿੰਨੀ ਸੈਰ ਕਰਾ ਦਾਂ ਨਾ ਮੈਂ ਕੀ ਜੇ ਦਰਸ਼ਕਾਂ ਨੇ ਬੋਲ ਦਿੱਤਾ ਸਾਡੇ ਨੇ ਕਿ ਇਹ ਥੱਲੇ ਲੱਗੇ ਹੋਏ ਨੂੰ ਤੁਸੀਂ ਕਿਸ ਨਿਗਾ ਨਾਲ ਦੇਖੇ ਥੱਲੇ ਲੱਗਿਆ ਤਾਂ ਨਹੀਂ ਕਹਿੰਦੇ ਗੱਲ ਸੁਣੇ ਕਿ ਨਹੀਂ ਹੁੰਦਾ ਜੀ ਇਹ ਤਾਂ ਮੋਹ ਪਿਆਰ ਹੁੰਦਾ ਹੈ ਪਿਆਰ ਹ ਜਿਹੜੇ ਇਹਨਾਂ ਦੇ ਸੌਂਕ ਨੇ ਉਹ ਮੈਂ ਪੂਰੇ ਕਰ ਰਿਹਾ ਜਿਹੜੇ ਮੇਰੇ ਸੌਂਕ ਤੇ ਉਹ ਮਰ ਗਏ ਅੱਛਾ ਜੀ ਅੱਛਾ ਅੱਛਾ ਜਦੋਂ ਜਦੋਂ ਛੋਟਾ ਵਿਆਹ ਹੋ ਗਿਆ ਜੋ ਛੋਟਾ ਵਿਆਹ ਹੋ ਗਿਆ ਛੋਟੇ ਵੀ ਸੌਂਕ ਮਰ ਜਾਣਗੇ ਹੁਣ ਤਾਂ ਬਸ ਸਾਰਾ ਦਿਨੇ ਹੀ ਲੰਘ ਜਾਂਦਾ YouTube ਦੇਖਦੀ ਆ ਕਿਤੇ ਪਰਚੀ ਤੇ ਆਏ ਲਿਖ ਦਿੰਦੀ ਆ ਫਲਾਣੀ ਚੀਜ਼ ਲੈ ਆਪਣ ਸਰੀ ਦੇ ਫਲਾਣੀ ਇਹਦੇ ਨਾਲ ਰੰਗ ਗੋਰਾ ਹੁੰਦਾ ਇਹਦੇ ਨਾਲ ਫੁਣਸੀਆ ਖਤਮ ਹੁੰਦੀਆਂ ਨੇ ਆ ਟੂਪ ਨਾਲ ਆਇਆ ਹੁੰਦਾ ਗੱਲ ਮਕਾਉ ਜੀ ਮੈਂ ਜਦੋਂ ਵੀ ਦੁਕਾਨ ਤੇ ਜਾਂਦਾ ਜਦੋਂ ਅਸੀਂ ਦਾ ਸੌਦਾ ਲਿਆਨੇ ਉਹਨੂੰ ਇੱਥੇ ਜਾ ਕੇ ਕਹਿੰਦਾ ਵੀ ਗੋਰਾ ਰੰਗ ਕਰਨ ਵਾਲੀ ਕਰੀਮ ਦੇ ਦੇ ਗੋਰਾ ਰੰਗ ਕਰਨ ਵਾਲੀ ਗਾ ਹੁਣ ਸਾਨੂੰ ਧਾਰ ਸੌਦਾ ਵੀ ਮਿਲਣੋਂ ਹਟ ਗਿਆ ਜੀ ਹਾਂ ਵੀ ਤੂੰ ਕਿਹੜੀ ਮੋੜੇਗਾ ਧਾਰ ਹੋਣਾ ਹਨਾ ਹਾਂਜੀ ਇਹੀ ਗੱਲ ਹੁੰਦੀ ਤੇ ਤੁਸੀਂ ਹੁਣ ਇੰਨਾ ਪ੍ਰਸਿੱਧ ਹੋ ਗਏ ਜੀ ਤੁਸੀਂ ਵੋਟਾ ਗੂਟਾਂ ਚ ਉੱਠਣ ਦਾ ਕੋਈ ਫੈਸਲਾ ਕਿਵੇਂ ਲਿਆ ਨਾ ਜੀ ਨਾ ਹਾਂਜੀ ਭਾਬੀ ਜੀ ਨੂੰ ਠਾਦੋ ਬੜੀਆਂ ਵੋਟਾਂ ਪੈਣੀਆਂ ਆ ਵੋਟਾਂ ਦਾ ਭੇਜਣੀਆਂ ਪਰ ਮੇਰਾ ਚਿੱਤ ਨਹੀਂ ਮੰਨਦਾ ਹੈਗਾ ਦੇਖ ਮੈਂ ਇਹਨੂੰ ਸੁਣ ਨਹੀਂ ਛੱਡ ਸਕਦਾ ਅੱਛਾ ਜੀ ਅੱਛਾ ਮੈਨੇ ਨੂੰ ਐਮਐਲਏ ਨਾਲ ਮੀਟਿੰਗ ਕਰਨੀ ਪਿਆ ਕਰੂਗੀ ਹੋਰ ਫਿਰ ਕਰਦੇ ਕੰਮ ਕੌਣ ਕਰੂਗਾ ਫਿਰ ਸਾਨੂੰ ਨੌਕਰੀ ਰੱਖਣੇ ਪੈ ਜਾਣਗੇ ਨਹੀਂ ਕਾਦੇ ਕੰਮ ਤਾਂ ਵੈਸੇ ਵੀ ਭਾਜੀ ਕਰਦੇ ਨਹੀਂ ਸਾਨੂੰ ਕੀ ਸੋਚ ਫਿਰ ਜਦੋਂ ਇਹ ਜਾਣਗੇ ਮੀਟਿੰਗਾਂ ਕਰਨ ਫਿਰ ਬਾਅਦ ਵਿੱਚ ਕੌਣ ਕਰੂਗਾ ਤੁਹਾਨੂੰ ਪਤਾ ਜਦੋਂ ਕਹਿੰਦੇ ਪੰਚਾਇਤ 'ਚ ਖੜੇ ਹੁੰਦੇ ਨੇ ਕਿਹਨਾਂ ਵੋਟਾਂ ਦੇ ਵਿੱਚ ਫਿਰ ਲੋਕ ਘਰੇ ਆਉਂਦੇ ਨੇ ਉਹਨਾਂ ਉੱਤੇ ਚਾਹਾਂ ਬਣਾਉਣੀਆਂ ਪੈਂਦੀਆਂ ਫਿਰ ਭਾਂਡੇ ਮੰਜਨੇ ਪੈਂਦੇ ਨਾ 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 ਮੇਚ ਪਤਾ ਨਹੀਂ ਕੰਮ ਹੁੰਦਾ ਤੇ ਤੁਸੀਂ ਦਾ ਕੋਈ ਸ਼ਰਾਬ ਜਾਂ ਕੋਈ ਨਸ਼ਾ ਪੱਤਾ ਕੋਈ ਕਿਸ ਤਰ੍ਹਾਂ ਦਾ ਕਰਦੇ ਹੋ ਜੀ ਜਾਂ ਬਿਲਕੁਲ ਹੀ ਨਰੋਲ ਜੀਤੇ ਜੀ ਕਿਣਮਣ ਜੀ ਹੋਵੇ ਉੱਤੇ ਪਊਆ ਲਾ ਲੈਣੇ ਜੀ ਬਲੂ ਡਾਇਮੰਡ ਦਾ ਉਹ ਨੀਲਾ ਦੇ ਜੀ ਅੱਛਾ ਜੀਤੇ ਪਰਜਾਈ ਜੀ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ ਇਹਨਾਂ ਨਾਲ ਨਾ ਜੀ ਨਾ ਮੈਨੂੰ ਕੋਈ ਇਤਰਾਜ਼ ਹੁਣ ਵਿਚਾਰੇ ਜੇ ਦੋ ਪੈਗ ਲਾਉਂਦੇ ਵੀ ਨੇ ਫਿਰ ਮੱਝਾਲੇ ਚ ਪੈ ਜਾਂਦੇ ਨੇ ਅੱਛਾ ਜੀ ਵਾਹ ਜੀ ਵਾਹ ਦੇਖੋ ਦਰਸ਼ਕੋ ਜੀ ਦੇਖੋ ਜੀ ਕਿੰਨਾ ਮੋਹ ਪਿਆਰ ਹੈ ਜੇ ਦੋ ਪੈਗ ਵੱਧ ਲੱਗ ਜਾਣ ਤਾਂ ਭਾਬੀ ਜੀ ਇਹਨਾਂ ਨੂੰ ਮੱਝਾਲੇ ਚ ਬਾਹ ਦੇਂਦੇ ਨੇ ਚਾਹੇ ਤੱਕਾ ਦੇ ਕੇ ਪਹੁੰਚੇ ਪਿਆਰ ਨਾਲ ਪਹੁੰਚ ਕੇ ਆ ਵਾਹਤਾ ਜੀ ਇਤਰਾਜ਼ ਤਾਂ ਹੈ ਤਾਂ ਕਰਨੀ ਜੇ ਮੈਂ ਸ਼ਰਾਬੀ ਹੋਵਾਂ ਮੈਂ ਸ਼ਰਾਬੀ ਹੁੰਦੀ ਨਹੀਂ ਜੀ ਹਾਂ ਜੀ ਬਾਕੀ ਤੁਸੀਂ ਪੀਨੇ ਵੀ ਬਹੁਤ ਮਹਿੰਗੀ ਸ਼ਰਾਬ ਹੈ ਬਲੂ ਡਾਇਮੰਡ ਜਿਹਦਾ ਨਾਮ ਹੀ ਡਾਇਮੰਡ ਹੋਵੇ ਜੀ ਉਤਾ ਫਿਰ ਜਿਹੜੇ ਆ ਡਾਕਟਰ ਨੇ ਉਹ ਤਾਂ ਦੇਖੋ ਉਹਨਾਂ ਦੇ ਤਾਂ ਸਮਝ ਤੋਂ ਬਾਹਰ ਹੈ ਜਿਹੜੇ ਵਧੀਆ ਡਾਕਟਰ ਨੇ ਦੇਖ ਪਿੰਡ ਵਾਲੇ ਇਹੀ ਗੱਲ ਕਹਿੰਦੇ ਨੇ ਜਿਹੜੇ ਵਧੀਆ ਡਾਕਟਰ ਨੇ ਉਹ ਤਾਂ ਕਹਿੰਦੇ ਨੇ ਵੀ ਦੋ ਪੈਗ ਲਾਇਆ ਕਰੋ ਹਾਂਜੀ ਹਾਂਜੀ ਦੋ ਪੈਗ ਲਾ ਕੇ ਲੱਗਦਾ ਹੈ ਸਾਰਾ ਪਿੰਡ ਮਿੱਤਰਾਂ ਦਾ ਇਹ ਗਾਣਾ ਵੀ ਕਿਸੇ ਗੱਲ ਤੋਂ ਹੀ ਬਣਿਆ ਤੇ ਤੁਹਾਨੂੰ ਸਾਰਾ ਪਿੰਡ ਮਿੱਤਰਾਂ ਦਾ ਲੱਗਦਾ ਜੀ ਜਦੋਂ ਤੁਸੀਂ ਦੋ ਪੈਗ ਲਾ ਲੈਂਦੇ ਹੋ ਸਾਰੇ ਪਿੰਡ ਦਾ ਪਿਆਰ ਆਣ ਲੱਗ ਜਾਂਦਾ ਜਿਹੜੇ ਬੋਰਡ ਤੇ ਲਿਖਿਆ ਹੋਇਆ ਪਿੰਡ ਅਮੀਰਗੜਾ ਫਿਰ ਮਾਨੂੰ ਕੁਟਕੇ ਕੁਟਕੇ ਜੱਫੀ ਵਾਲਾ ਅੱਛਾ ਤੇ ਤੁਸੀਂ ਪੇੜਾ ਮੇਰਾ ਪਿੰਡਾ ਹੈ ਬਸ ਮੇਰੀ ਜੰਦੇ ਜਾਨ ਅੱਛਾ ਜੀ ਜੋ ਤੁਸੀਂ ਡੱਕ ਲੈਣੇ ਮੰਨ ਲਾ ਸ਼ਰਾਬ ਫੁੱਲ ਪੀ ਲੈਣੋ ਕਦੇ ਨਾਲੀ ਚ ਡਿਗਿਓ ਜਾਂ ਜੱਜ ਕਦੇ ਮੰਨ ਲਓ ਕਦੇ ਵਿਆਹ ਚ ਗਏ ਹੋ ਮਾਣਾ ਵਧੀਆ ਬਣ ਣ ਕੇ ਆਉਂਦੇ ਹੋ ਸ਼ਰਟ ਪਾਰਟੀ ਆ ਬੂਟ ਗਲਚ ਨੇ ਐਦਾਂ ਨਹੀਂ ਕਦੇ ਘਟਣਾ ਤੁਹਾਡੇ ਨਾਲ ਵਾਪਰੀ ਆ ਆਮ ਜਨਤਾ ਇਹ ਜਾਣਨਾ ਚਾਹੁੰਦੀ ਹੈ ਹਾਂ ਜੀ ਇੱਕ ਵਾਰੀ ਮੈਂ ਗਿਆ ਸੀ ਕਿਸੇ ਦੀ ਬਰਾਤ ਉੱਥੇ ਯਾਰ ਦੋਸਤ ਇਕੱਠੇ ਹੋ ਗਏ ਪੰਮੀ ਦੀ ਮੇਰਾ ਯਾਰ ਦੋਸਤਾ ਗੋਲੜੀ ਦੀ ਉੱਥੇ ਕਹਿੰਦੇ ਪੀਲਾ ਪੀਲਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਉਹਨਾਂ ਦੀ ਕੰਪੈਸਿਟੀ ਥੋੜੀ ਜਿਹੀ ਮੇਰੇ ਨੂੰ ਵੱਧਦੀ ਮੇਰੀ ਘੱਟਦੀ ਉਦੋਂ ਸ਼ਰਾਬੀ ਹੋ ਗਿਆ ਸੀ ਮੈਂ ਥੋੜਾ ਜਿਹਾ ਮਤਲਬ ਨਾਰੀ ਨੂਲੀ ਚ ਡਿੱਗੇ ਕੋਈ ਇਨਸੀਡੈਂਟ ਨਹੀਂ ਹੁੰਦਾ ਉਹ ਹੋਰ ਯਾਰ ਦੋਸਤਾਂ ਦਾ ਕੀ ਕੰਮ ਉਹ ਮੇਰੇ ਨਾਲ ਐ ਰਹੇ ਜਿਵੇਂ ਬਾਕਸਰ ਰਹਿੰਦੇ ਹੁੰਦੇ ਨੇ ਮੈਨੂੰ ਕੱਛਾਂ ਜਿਹਾ ਹੱਥ ਪਾ ਕੇ ਰੱਖਿਆ ਅੱਛਾ ਮਤਲਬ ਚੱਕ ਕੇ ਤੁਹਾਨੂੰ ਘਰੇ ਲਿਆਂਦਾ ਡਿੱਗਣੀ ਇਹ ਹੁੰਦੀ ਹੈ ਯਾਰੀ ਕਿਸੇ ਨੂੰ ਉਹਨਾਂ ਨੇ ਫੀਲ ਹੀ ਸੱਚਾ ਜੀ ਸਾਨੂੰ ਸੁਣਦੇ ਵਿੱਚ ਆਈ ਸੀ ਕਿ ਤੁਸੀਂ ਇੱਕ ਦਿਨ ਕਿਸੇ ਵਿਆਹ ਚ ਗਏ ਸੀ ਜੀ ਤੇ ਆਉਂਦੇ ਹੋਏ ਤੁਸੀਂ ਨੇ 10 ਰੁਪਏ ਦੀਆਂ ਮੂਫਲੀਆਂ ਖਾੜ ਲਈਆਂ ਤੇ ਜਦੋਂ ਗੱਡੀ ਚ ਬੈਠਣ ਲੱਗੇ ਉਹਦਾ ਮੂੰਹ ਬੁੱਟ ਗਿਆ ਸੀ ਹਾਂ ਇਹ ਵੀ ਹੋਇਆ ਸੀ ਅਸੀਂ ਇੱਕ ਵਿਆਹ ਚ ਵਾਗੇ ਜੀ ਉਹ ਵਿਆਹ ਹੁੰਦੀ ਬੜਾ ਤਖੜਾ ਪੈਰ ਸਵਾਲਾ ਤਖੜਾ ਸੀ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਨੇ ਇਹ YouTube ਤੇ ਕੱਢ ਕੇ ਦੇਖ ਲੈਂਦੀ ਮੈਨੂੰ ਤਾਂ ਇਹ ਜਿਆ ਗੱਲਾਂ ਦਾ ਪਤਾ ਨਹੀਂ ਹੈਗਾ ਹਾਂ ਹਾਂ ਜੀ ਹਾਂ ਜੀ ਵੀ ਉੱਥੇ ਬਹੁਤ ਮੀਟ ਮਸਾਲੇ ਹੋਣਗੇ ਵਧੀਆ ਸ਼ਰਾਬ ਹੋਊਗੀ ਹੋਊਗੀ ਤੁਸੀਂ ਚਾਹ ਨਾਲ ਗਏ ਹਾਂ ਗਏ ਹਾਂਜੀ ਮੈਨੂੰ ਮੈਂ ਸਾਈਡ ਤੇ ਬਿਠਾਤਾ ਜਿੱਥੇ ਜਨਾਨੀਆਂ ਬੈਠੀਆਂ ਦੀਆਂ ਮੈਂ ਇੱਕ ਟੇਬਲ ਤੇ ਬੈਠਿਆ ਮੈਨੂੰ ਲੱਗਿਆ ਵੀ ਉਹ ਟੇਬਲ ਤੇ ਆਊ ਸ਼ਰਾਬ ਫਿਰ ਮੈਂ ਉਹ ਟੇਬਲ ਦੇ ਵੱਗ ਗਿਆ ਫਿਰ ਮੈਨੂੰ ਲੱਗਿਆ ਵੀ ਇਹ ਟੇਬਲ ਤੇ ਨਹੀਂ ਉੱਤੇ ਆਊਗੀ ਤੁਸੀਂ ਇਕੱਲੇ ਤੀਜੀ ਜਾਂ ਕੋਈ ਨਾਲ ਇਹ ਮੇਰੇ ਨਾਲ ਸੀ ਜੀ ਅੱਛਾ ਅੱਛਾ ਦੋਨੇ ਪੀਗ ਲਾ ਰਹੀ ਸੀ ਸਾਰੇ ਟੇਬਲਾਂ ਦੀ ਜੀ ਮੈਂ ਤਾਂ ਸਾਈਡ ਤੇ ਬੈਠਾ ਅੱਛਾ ਸਾਈਡ ਤੇ ਮੈਂ ਠੀਕ ਹੈ ਜੀ ਮੈਂ ਸਾਰੇ ਟੇਬਲਾਂ ਦੇ ਘੁੰਮ ਗਿਆ ਜੀ ਸ਼ਰਾਬ ਨਹੀਂ ਆਈ ਫਿਰ ਪਤਾ ਲੱਗਿਆ ਕਿ ਨਹੀਂ ਵੀ ਜਿਹੜਾ ਸ਼ਰਾਬ ਹੈ ਇਹ ਸ਼ਰਾਬ ਹੈ ਇਹ ਵਿਆਹ ਚ ਨਹੀਂ ਹੈ ਇਹ ਸੋਫੀ ਪਰਿਵਾਰ ਹੈ ਕਹਿੰਦੇ ਉਹ ਜੀ ਫਿਰ ਤਾਂ ਤੋਤੇ ਮੂੰ ਤੇ ਚਪੇੜ ਵੱਜਣ ਵਾਲਾ ਆਪਾਂ ਕਹਿ ਸਕਦੇ ਹਾਂ ਜਿੰਨੇ ਮਰਜੀ ਲਾ ਲਓ ਫਿਰ ਮੈਨੂੰ ਹਰ ਖਜਾ ਆਇਆ ਵੀ ਇੱਕ ਵਿਆਹ ਵੀ ਹੋ ਗਿਆ ਨਾਲੇ ਆਪਣੇ ਸਲਾਮੀ ਪਾਈ ਉਹ ਗੱਲਬਾਤ ਨਹੀਂ ਬਣੀ ਫਿਰ ਮੈਂ ਕੀ ਕਰਿਆ ਜੀ ਫਿਰ ਮੈਂ ਹਮ ਚਾੜੀ ਕੋਲੇ ਆ ਕੇ ਬਾਈਪਾਸ ਤੇ 20 ਰੁਪਏ ਦੀਆਂ ਮੂੰਗਫਲੀਆਂ ਲੈਤੀਆਂ ਅੱਛਾ ਜੀ ਅੱਛਾ ਫਿਰ ਕੀ ਮੈਂ ਫੋਲ ਕੇ ਵੀ ਨਹੀਂ ਛਿੱਲੇ ਐਂ ਖਾ ਗਿਆ ਗੁੱਸੇ ਦੇ ਵਿੱਚ ਦੇਖੋ ਦਰਸ਼ਕੋ ਸ਼ਰਾਬ ਨਾ ਮਿਲਣ ਤੇ ਕਿੰਨਾ ਗੁੱਸਾ ਇੱਕ ਇਨਸਾਨ ਨੂੰ ਆ ਸਕਦਾ ਤੁਸੀਂ ਇਹਨਾਂ ਦੇ ਚਿਹਰੇ ਤੇ ਹੁਣ ਵੀ ਗੁੱਸਾ ਦੇਖ ਸਕਦੇ ਹੋ ਮੈਨੂੰ ਹੁਣ ਵੀ ਨਜ਼ਰ ਆ ਰਿਹਾ ਹੈ ਕਿ ਇਹਨਾਂ ਨੇ ਮੂਫੜੀਆਂ ਬਿਨੈ ਛੱਲੇ ਹੀ ਖਾਧੀਆਂ ਦੇਖੋ ਕਿੰਨਾ ਗੁੱਸਾ ਤੇ ਤੁਸੀਂ ਪਰ ਖੁਦ ਹੀ ਸ਼ਰਾਬ ਲੈ ਕੇ ਕਿਉਂ ਨਹੀਂ ਪੀਤੀ ਜੀ ਮੈਨੂੰ ਜਿਹੜੀ ਗੱਡੀ ਦੀ ਤਾਕੀ ਖੁੱਲਦੀ ਹੁੰਦੀ ਹੈ ਹਾਂਜੀ ਹਾਂਜੀ ਉਹ ਥਿਆ ਹੀ ਨਹੀਂ ਹੈਗਾ ਹੱਥ ਪਾਉਣ ਵਾਲਾ ਉਹ ਅੱਛਾ ਜੀ ਅੱਛਾ 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 ਕੀ ਹੈ ਜਦੋਂ ਮੈਂ ਤਾਕੀ ਖੋਲਣ ਲੱਗਾ ਮੇਰੇ ਬੁੱਲਤੇ ਤਾਂ ਕੀ ਬੱਜੀ ਅੱਜ ਵੀ ਉਹਰੇ ਗੱਠ ਹੈ ਜੀ ਬੁੱਲਤੇ ਹਾਂ ਹਾਂ ਗੱਠ ਦਿਖ ਰਹੀ ਹੈ ਜੀ ਸ੍ਰੀਆ ਮੈਂ ਕੈਮਰਾਮੈਨ ਨੂੰ ਗੁਜਾਰਸ਼ ਕਰਵਾਉਂ ਜੂਮ ਕਰਕੇ ਗੱਠ ਦਿਖਾਈ ਜਾਵੇ ਉਹ ਜਿਹੜਾ ਵਿਆਹ ਥੀ ਉਹ ਉਹ ਤੋਂ ਵਿਆਹ ਚ ਹਾਂ ਉਹ ਰਿਆ ਸਾਰੀ ਸਾਰੀ ਜ਼ਿੰਦਗੀ ਯਾਦ ਰਹੂਗਾ ਕਿ ਉੱਥੇ ਦੁਰਘਟਨਾ ਵਾਪਰ ਸਕਦੀ ਹੈ ਵਾਪਰ ਸਕਦੀ ਹੈ ਜੀ ਅੱਗੇ ਤੋਂ ਵੀ ਤੁਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਿਓ ਕਿ ਜਿਸ ਜਿਸ ਨੇ ਸਾਨੂੰ ਵਿਆਹ ਬੁਲਾਉਣਾ ਹੈ ਕਿਰਪਾ ਕਰਕੇ ਹੋਰ ਚਾਹੇ ਕਿਸੇ ਨੂੰ ਨਾਂ ਦਾ ਰੂਪ ਹੈ ਉਹ ਸਾਡੇ ਮੂਰੇ ਬੋਤਲ ਜੂਰ ਤਰੀ ਜਾਵੇ ਹਾਂ ਇਹ ਗੱਲ ਕਹਿਣ ਲੱਗੇ ਹੁਣ ਕਈ ਲੋਕ ਨੇ ਕਾਰਡਾਂ ਦੇ ਥੱਲੇ ਲਿਖਦੇ ਨੇ ਛੋਟੇ ਬੱਚਿਆਂ ਦੇ ਨਾਮ ਵੀ ਮੇਰੀ ਦੀਦੀ ਦਾ ਵਿਆਹ ਚ ਜ਼ਰੂਰ ਜਲੂਲ ਜਲੂਲ ਆਣਾ ਨਾਮ ਹੋ ਜਾ ਵੀ ਉਤੇ ਸਪੈਸ਼ਲ ਲਿਖਿਆ ਕਰੋ ਵੀ ਆਹ ਬ੍ਰਾਂਡ ਸਰਾਬ ਹੈ ਹਾਂਜੀ ਹਾਂਜੀ ਹੈ ਵੀ ਜਾਂ ਮੀਟ ਬਣੂ ਆਹ ਮੀਟ ਬਣੂ ਹਾਂ ਜੇ ਨਹੀਂ ਵੀ ਆਪਣੇ ਦੇਣੀ ਤਾਂ ਲਿਖੋ ਵੀ ਇਹ ਸੋਫੀਆਂ ਦਾ ਵਿਆਹ ਹਾਂ ਉੱਥੇ ਬੰਦਾ ਫਿਰ ਮਾੜਾ ਮੁੱਟਾ ਚੇਂਜ ਕਰ ਸਕਦਾ ਹਾਂ ਫਿਰ ਆਪਾਂ ਕੋਈ ਆਸਮੀਦ ਨਾਲ ਲੈ ਕੇ ਜਾਈਏ ਹਾਂ ਜੀ ਹਾਂ 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 ਅਬਦੇਸ ਸਾਹਿਬ ਨਾਲ ਆਪਾਂ ਫਿਰ ਖੁੱਲਕੇ ਜੇ ਬੈਠੇ ਰਹੀਆ ਵਾਲਾ ਵਾਲਾ ਜਿੰਨਾ ਜਾਂ ਕੀ ਹੈ ਹਾਂ ਹਾਂ ਸਹੀ ਗੱਲ ਹੈ ਹਾਂ ਉਮੀਰ ਜੀ ਨਾ ਰੱਖੀ ਫਿਰ ਹਾਂ ਬਾਕੀ ਸਾਨੂੰ ਮਤਲਬ ਆਪਾਂ ਗੁਜਾਰਸ਼ ਕਰ ਦਿੰਨੇ ਆ ਜੀ ਆਪਣੇ ਦਰਸ਼ਕਾਂ ਨੂੰ ਵੀ ਸਾਨੂੰ ਸੋਫੀ ਵਿਆਹ ਤੇ ਤਾਂ ਬੁਲਾਓ ਹੀ ਨਾ ਹਾਂ ਜੀ ਬੁਲਾਓ ਹਾਂ ਜੇ ਬੁਲਾਉਣਾ ਤਾਂ ਸਾਨੂੰ ਸਾਈਡ ਤੇ ਆਪਦੀ ਬੋਤਲ ਲੈ ਕੇ ਰੱਖ ਦੋ ਅਸੀਂ ਬੁੱਝ ਕੇ ਪੀ ਲਾਂਗੇ ਸਹੀ ਹੈ ਜੀ ਨਹੀਂ ਜੀ ਹਾਂ ਜੀ ਸਾਰੇ ਨੂੰ ਸੀਤਾ ਕਰੇ ਮੂੰਗੀ ਦੀ ਦਾਲ ਨਹੀਂ ਕਰਦੇ ਜੇ ਮੈਂ ਮੂੰਗੀ ਦੀ ਦਾਲ ਇਹ ਕਰ ਵੀ ਲਊਗੀ ਜਾਂ ਮੈਂ ਕਰਨਾ ਸਾਡੀ ਤਾਂ ਲੜਾਈ ਪੈ ਜਾਂਦੀ ਐ ਕਹਿੰਦਾ ਨੇ ਵੀ ਕਾ ਤੋ ਕਰੀਏ ਆਪਣੇ ਘਰੇ ਤਾਂ ਮਰਗਤ ਨਾ ਹੋ ਜੇ ਆਪਣੀ ਮੂੰਗੀ ਦੀ ਦਾਲ ਕਰ ਲਈ ਜੀ ਜੂਰੀਆ ਬਣਦਾ ਅੱਛੇ ਤੁਹਾਡੇ ਜੂਰੀਆ ਬਣਦਾ ਜੀ ਕਿੱਡੀ ਵੱਡੀ ਗੱਲ ਅੱਜ ਕੈਮਰੇ ਦੇ ਮੂਹਰੇ ਖੁੱਲ ਕੇ ਆ ਚੁੱਕੀ ਐ ਕਿ ਹਾਕਮ ਸਿੰਘ ਪੋਲਾ ਜੀ ਦੇ ਜੂਰੀਆ ਬਣਦੇ ਤੇ ਫਿਰ ਤੁਸੀਂ ਚਾਹ ਬੰਦ ਕਰੀ ਹੋਈ ਜੀ ਨਾ ਜੀ ਜੂਰੀ ਐ ਜੂਰੀ ਤੋਂ ਕੰਮ ਲੈਨੇ ਜੂਰੀਏ ਦੀ ਜੇ ਸ਼ਾਰਟ ਚੱਲ ਜਾਂਦੀ ਐ ਨਾ ਹਾਂਜੀ ਹਾਂਜੀ ਤਿੰਨ ਤਿੰਨ ਗੱਟੇ ਮੰਨ ਲੈ ਇੱਕ ਗੱਟਾ ਨਹੀਂ ਦਿੰਦੇ ਨੇ ਸਟੇਟਿਆ ਵਾਲੇ ਜੀ ਵੀ ਇੱਕ ਗੱਟਾ ਨਹੀਂ ਦਿੰਦੇ ਬਹੁਤ ਕਣਕ ਚਾਹ। ਫਿਰ ਆਪਾਂ ਜੀ ਕਿਸੇ ਦੇ ਮੂੰਹ ਘਣੀ ਨਹੀਂ ਚਾਂਗਦੇ ਜੀ ਅਸੀਂ। ਆ ਆ ਬਹੁਤ ਵਧੀਆ ਫਾਇਦਾ ਜਿਸ ਜਿਸ ਦਾ ਜੂਰੀਆ ਬਣਦਾ ਤੁਸੀਂ ਉਹਨੂੰ ਬ्यर्थ ਨਾ ਜਾਣ ਦਿਓ। ਉਸ ਜੂਰੀਆ ਦੀ ਵਰਤੋਂ ਕਰੋ ਤੇ ਕਣਕ ਦੇ ਵਿੱਚ ਪਾਓ ਤੇ ਫਾਇਦਾ ਚੱਕੋ। ਅੰਗਰੇਜ਼ੀ ਦੇ ਵਿੱਚ ਜਿਵੇਂ ਕਹਿੰਦੇ ਨੇ ਮੈਂ ਲੁਕੜ ਕੀ ਕਹਿੰਦੇ ਉਹਨੂੰ ਅੰਗਰੇਜ਼ੀ ਚ? ਹਾਂ ਆ ਲੁਕੜ ਲੁਕੜ। ਲੁਕੜ ਲੁਕੜ ਜੂਰੀਆ ਵਰਤਦੇ ਫਿਰ। ਹਾਂ ਹਾਂ। ਹਾਂ ਉਹੀ ਉਹੀ ਜੀ ਲਿਕਵਿਡ ਜੂਰੀਆ ਅਸੀਂ ਵਰਤਦੇ ਆਂ ਜਿਸ ਨਾਲ ਸਾਡੀ ਕਣਕ ਇਹਦਾ ਮਤਲਬ ਫਿਰ ਤੁਹਾਡੀ ਕਣਕ ਕਿੰਨੇ ਮਣੀ ਪਈ ਜੀ। ਕਣਕ ਕਣਦਾ ਜੂਰੀਆਂ ਸੀ ਨਾ ਹਾਂ ਕਣਕ ਪੈ ਗਈ 70 ਮਣੀ ਪੈ ਗਈ ਜੀ 70 ਮਣੀ ਵਾਹ ਜੀ ਵਾਹ ਸਾਡੇ ਤਾਂ ਜੀ 50 ਮਣੀ ਤੋਂ ਵੱਧ ਨਹੀਂ ਹੈਗੀ ਤੁਹਾਡੇ 70 ਮਣੀ ਬੜੀ ਪਈ ਫਿਰ ਲੈ ਕਰਦੀ ਕਰਦੀ ਜੇ ਜਰਲੂਗੀ ਜੀ ਕਰਦਾ ਕਿਉਂ ਨਹੀਂ ਕਰਦਾ ਦੁੱਧ ਨਹੀਂ ਰਲਦਾ ਕਰਦੀ ਪੰਜੀਰੀ ਕਰਦੀ ਪੰਜੀਰੀ ਨਹੀਂ ਰਲਦੀ ਹਾਂ ਜੀ ਹਾਂ ਜੀ ਕਰਦੀ ਦਹੀਂ ਕਰਦੀ ਹਰੇਕ ਚੀਂ ਦਾਹ ਰੋਟੀ ਕਰਦੀ ਦਿਵਾਲੀ ਅੰਬਰਸਰ ਦੀ ਕਿਸੇ ਗੱਲੋਂ ਹੀ ਕਿਹਾ ਗਿਆ ਜੀ ਤੁਸੀਂ ਕਿਤੇ ਦਿਵਾਲੀ ਮਨਾਈ ਹੈ ਹਾਂ ਦਿਵਾਲੀਆਂ ਲੈ ਸਾਡੀ ਤਾਂ ਚਤੂ ਪੈਰ ਦਿਵਾਲੀ ਹੈ ਜਿਵੇਂ ਕਹਿੰਦੇ ਨੇ ਜਸਤੂ ਪੈਰ ਬਸੰਤ ਆਏ ਵੀ ਕਹਿੰਦੇ ਹੁੰਦੇ ਨੇ ਇਹਦੀ ਹਾਂ ਹਾਂ ਜੀ ਦਿਵਾਲੀਆਂ ਇਸ ਦਾ ਬੜਾ ਕੇ ਬਟੂਕੇ ਪਜਾਂਦੀ ਮਾਲਾ ਤੁਸੀਂ ਰੋਜ਼ ਆ ਪੜਾਕੇ ਮਤਲਬ ਕਿਵੇਂ ਵੀ ਫਾਇਰਿੰਗ ਜਾ ਕਿਵੇਂ ਉਹ ਦੂਜੇ ਨਾ ਨਹੀਂ ਨਾ ਉਹ ਜਿੱਤੇ ਲਾਲ ਬੰਬ ਹੁੰਦੇ ਨੇ ਜੀ ਅੱਛਾ ਮੁਰਗਾ ਛਾਪ ਹਾਕਮ ਸਿੰਘ ਪੋਲਾ ਮੁਰਗਾ ਛਾਪ ਪੜਾਕੇ ਵਜਾਉਂਦਾ ਤੇ ਭਾਬੀ ਜੀ ਤੁਸੀਂ ਵੀ ਨਾਲ ਫੁੱਲ ਛੜੀਆਂ ਤਾਂ ਚਲਾਉਂਦੀ ਹੋਵੋਗੇ ਹਾਂਜੀ ਹਾਂ ਛੜਾ ਲ ਚਲਾ ਲੈਣੀ ਆ ਜੀ ਵਾਹ ਜੀ ਵਾਹ ਭਾਬੀ ਜੀ ਵੀ ਕਹਿੰਦੇ ਅਸੀਂ ਫੁੱਲ ਛੜੀਆਂ ਚਲਾਉਣੇ ਆ ਤੇ ਤੁਸੀਂ ਕਦੇ ਅਸਤਵਾਜੀ ਚੜਾਈਏ ਜੀ ਇਹ ਫੁੱਲ ਛੜੀਆਂ ਮਚਾਉਂਦੀ ਜਿਆਦਾ ਹੜਦੀ ਨਹੀਂ ਹੜਦੀ ਫਿਰ ਕਹਿੰਦੀ ਫੁੱਲ ਛੜੀ ਮੁੱਕ ਗਈ ਹੁਣ ਮੇਰੀ ਸਲਾਹ ਜੀ ਮੈਨੂੰ ਵੈਲਟ ਸੈੱਟ ਲਿਆ ਕੇ ਦੇਵਾ ਹਾਂਜੀ ਹਾਂਜੀ ਇੱਕ ਡੱਬਾ ਵੀ ਬੱਸ ਐਂ ਐਂ ਕਰੀ ਜਾ ਹਾਂ ਬੱਸ ਉਹਨੂੰ ਲੋਹੇ ਤੇ ਲਾਇਆ ਤੇ ਕੀ ਬਾਤ ਆ ਕਿੰਨਾ ਵੱਡਾ ਦਿਮਾਗ ਹਾਕਮ ਸਿੰਘ ਪੋਲਾ ਜੀ ਨੇ ਲਾਇਆ ਕਿ ਕਿਹੜਾ ਪੈਸੇ ਲੱਗਣਗੇ ਬੈਲਟ ਸੈਟ ਲਿਆ ਦਾਂਗੇ ਤੇ ਨਾਲ ਇੱਕ ਲੋਹੇ ਦੀ ਪਾਈਪ ਲੈ ਦਾਂਗੇ ਉਹਨੂੰ ਬੈਲਟ ਕਰੀ ਜਾਇਆ ਕਰੂ ਨਾਲ ਕਾਲੀ ਐਨਕਾ ਵੀ ਪਰਚਾਈ ਜੀ ਦੀ ਮੰਗ ਹੈ ਕਿ ਤੁਸੀਂ ਪਰਚਾਈ ਦੀ ਮੰਗ ਪੂਰੀ ਕਰੋਗੇ ਕਾਲੀ ਐਨਕਾ ਲੈ ਕੇ ਦਿਓਗੇ ਹਾਂਜੀ ਹਾਂ ਇਹ ਪੜ੍ਹੇ ਲਿਖਨੇ ਸੋਚਦੇ ਨਹੀਂ ਮੇਰੇ ਬਾਰੇ ਇਹਨਾਂ ਨੇ ਸੋਚਿਆ ਦੇਖ ਵੀ ਬੈਲਟ ਪਊਗਾ ਇਹਦੇ ਵੀ ਪੈ ਸਕਦਾ ਮੇਰੇ ਵੀ ਪੈਸੇ ਫਿਰ ਸਾਥ ਦਾ ਇਹਨੇ ਨਾ ਪਊਗਾ ਨਾ ਫਿਰ ਫਾਇਦਾ ਹਾਂ ਫਿਰ ਸੁੱਕੀ ਚਾਹ ਬੰਨਦੇ ਫਿਰਾਂਗੇ ਉਹਦਾ ਕੋਈ ਫਾਇਦਾ ਨਹੀਂ ਫਿਰ ਤੁਸੀਂ ਜਦੋਂ ਮੰਨ ਲਓ ਸਾਡੇ ਦਰਸ਼ਕਾਂ ਨੂੰ ਦੱਸ ਦਈਏ ਕਿ ਤੁਸੀਂ ਹੁਣ ਬੈਲਟ ਲਿਆਉਂਗੇ ਤਾਂ ਤੁਸੀਂ ਬੈਲਟਿੰਗ ਦਾ ਕੰਮ ਹੀ ਸ਼ੁਰੂ ਕਿਉਂ ਨਹੀਂ ਕਰ ਦਿੰਦੇ ਜੀ ਕੀ ਤੁਹਾਡੇ ਵਿਚਾਰ ਹੈਗੇ ਨੇ ਕਿ ਤੁਸੀਂ ਅੱਗੇ ਜਾ ਕੇ ਬੈਲਟ ਦਾ ਕੰਮ ਸ਼ੁਰੂ ਕਰੋਗੇ ਉਹ ਤਾਂ ਸਾਡਾ ਸ਼ੌਕ ਹੈ ਜੀ ਪਤੰਗੇ ਠਾਲਣਾ ਜੇ ਪਿੰਡ 'ਚ ਜੇ ਪਿੰਡ 'ਚ ਕਿਸੇ ਨੂੰ ਲੋੜ ਪੈਂਦੀ ਹੈ ਕੋਈ ਟੁੱਚ ਲਵਾਉਣਾ ਹੋਵੇ ਬੈਲਟ ਲਵਾਉਣਾ ਹੋਵੇ ਕੀ ਤੁਸੀਂ ਲਾ ਕੇ ਦਿਓਗੇ ਸਾਡੇ ਦਰਸ਼ਕਾਂ ਨੂੰ ਦੱਸ ਦਿੱਤਾ ਜਾਵੇ ਨਾ ਜੀ ਅਸੀਂ ਟੁੱਟਚ ਫੁੱਟਚਾਂ ਦਾ ਕੰਮ ਨਹੀਂ ਕਰਦੇ ਅਸੀਂ ਤਾਂ ਜਦੋਂ ਕਰਾਂਗੇ ਫਿਰ ਸਿੱਧੀ ਕੋਈ ਪੱਟਾ ਸੰਦੇ ਬਣਾਵਾਂਗੇ ਜੀ ਅੱਛਾ ਅੱਛਾ ਜੀ ਵਾਜੀ ਬਾ ਵੱਡਾ ਸੰਦ ਜਿਵੇਂ ਕਿ ਤੁਸੀਂ ਟਰੈਕਟਰ ਕਾਰਾਂ ਕਹਿ ਲਈ ਆਪਾਂ ਸਕੂਟਰੀਆਂ ਵਗੈਰਾ ਕਰੇ ਬਣਾਇਆ ਕਰੂੰਗੇ ਹਾਂ ਜੀ ਹਾਂ ਠੀਕ ਹੈ ਜੀ ਜਿਵੇਂ ਚਾਰ ਪਾਵੇ ਵਾਲਾ ਮੰਝਾ ਹੁੰਦਾ ਉਹ ਅਸੀਂ ਤਿਆਰ ਕਰ ਦਾਂਗੇ ਜੀ ਠੀਕ ਹੈ ਜੀ ਚਾਰ ਪਾਵੇ ਵਾਲਾ ਮੰਝਾ ਦਰਸ਼ਕੋ ਤੁਸੀਂ ਨੇ ਪਹਿਲੀ ਵਾਰੀ ਸੁਣਿਆ ਹੋਵੇਗਾ ਚਾਰ ਪਾਵੇ ਵਾਲਾ ਮੰਝਾ ਵੈਸੇ ਸੋਚਿਆ ਜਾਵੇ ਤਾਂ ਮੰਝਾ ਚਾਰ ਪਾਵੇ ਵਾਲਾ ਹੀ ਹੁੰਦਾ ਭੋਲਾ ਜੀ ਉਹ ਲੱਕੜ ਦੇ ਪਾਵੇਂ ਵਾਲਾ ਹੁੰਦਾ ਜੀ ਆਪਾਂ ਲੋਹੇ ਵਾਲਾ ਬਣਾਵਾਂਗੇ ਕੀ ਬਾਤ ਹੈ ਜੀ ਲੋਹੇ ਵਾਲਾ ਬੈਲਟ ਨਾਲ ਲੋਹੇ ਵਾਲਾ ਮੋਚਾ ਬਣਾਉਣਗੇ ਦੇਖੋ ਕਿੰਡੀ ਵੱਡੀ ਗੱਲ ਸਾਡੇ ਪੋਲਾ ਜੀ ਨੇ ਕਰੀ ਹੈ ਤੇ ਸਾਡੇ ਦਰਸ਼ਕਾਂ ਨੂੰ ਤੁਸੀਂ ਕੋਈ ਜਾਂਦੀ ਵਾਰ ਦਾ ਮੈਸੇਜ ਦੇਣਾ ਚਾਹੋ ਜੀ ਏ ਮੇਰੇ ਨੂੰ ਜਿਆਦੇ ਪੜੇ ਲਿਖੇ ਨੇ ਇਹ ਦੇਣਗੇ ਜੀ ਮੈਸੇਜ ਹਾਂਜੀ ਹਾਂਜੀ ਕੋਈ ਮੈਸੇਜ ਦਿਓ ਜੀ ਸਾਡੇ ਦਰਸ਼ਕਾਂ ਮੈਂ ਹੀ ਮੈਸੇਜ ਦੇਣਾ ਚਾਹੁੰਨੇ ਵੀ ਸਾਰੀ ਘਰ ਵਾਲੀਆਂ ਆਪਣੇ ਘਰਾਂ ਤੋਂ ਐਂ ਕੰਮ ਕਰਾਇਆ ਕਰੋ ਤਾਂ ਮੋਹ ਪਿਆਰ ਵੱਧ ਬਣਿਆ ਰਹਿੰਦਾ ਹੈਗਾ ਕੀ ਬਾਤ ਹੈ ਜੀ ਕਿੰਨਾ ਸੋਹਣਾ ਮੈਸੇਜ ਦਿੱਤਾ ਕਿ ਐਂ ਕੰਮ ਕਰਾਇਆ ਕਰੋ ਮੋਹ ਪਿਆਰ ਵੱਧ ਬਣਿਆ ਰਹੇ ਜਦੋਂ ਬੰਦਾ ਕੰਮਕਾਰ ਕਰੂਗਾ ਫਿਰ ਨਸ਼ੇ ਪੱਤੇ ਤੋਂ ਦੂਰ ਰਹੂਗਾ ਹਾਂਜੀ ਹਾਂ ਥੱਕ ਹਾਰ ਕੇ ਆਪੇ ਰਜਾਈ ਮੂੰਹ ਤੇ ਲੱਗੇ ਪੈ ਜਾਊਗਾ ਹਾਂਜੀ ਨਸ਼ਾ ਪੱਤਾ ਤਾਂ ਆਪ ਹੀ ਨਹੀਂ ਕਰਨਾ ਸਵੇਰੇ ਉੱਠ ਕੇ 4 ਵਜੇ ਚਾਹ ਬਣਾ ਦੇਣੀ ਹੈ ਫਿਰ ਘਰ ਵਾਲੀ ਨੂੰ ਕਹਿਣਾ ਵੀ ਉੱਠ ਕ ਸੱਟ ਦੇਣਾ ਫਿਰ ਤੁਸੀਂ ਨੇ ਝਾੜੂ ਲਾ ਦੇਣਾ ਹਾਂ ਫਿਰ ਮੈਸਨ ਮਾ ਦੇਣੀਆ ਫਿਰ ਸੰਨੀਰ ਲਾ ਦੇਣੀ ਇਹ ਦੋਵਾਂ ਚ ਰੋਟੀ ਪਕਾ ਕੇ ਖਵਾਉਂਦੇ ਵੀ ਤੁਸੀਂ ਖੁਦੋ ਜੀ ਕਰ ਹਾਂਜੀ ਨਹੀਂ ਜੀ ਕਿਸੇ ਏਜੰਟ ਜੁੰਟ ਚ ਪੈਸੇ ਪਸਾਏ ਸਾਡਾ ਤਾਂ ਉਰੀ ਅਮਰੀਕਾ ਕੈਨੇਡਾ ਵੜ ਰਿਹਾ ਜੀ ਕਿਆ ਬਾਤ ਹੈ ਤੁਹਾਡਾ ਤਾਂ ਹੋਣੀ ਹੋਣਾ ਉਰੇ ਆਪੇ ਰੋਟੀ ਪਕਾ ਕੇ ਖਾਣੇ ਹੋ ਨਾ ਹਾਂਜੀ ਹਾਂ ਉਹ ਫੀਲਿੰਗ ਉਰੀ ਲਈ ਜੰਨੇ ਜੀ ਅਸੀਂ ਕੁਝ ਕਰਕੇ ਵੀ ਤਾਂ ਇਹੀ ਕੰਮ ਕਰਨੇ ਨੇ ਇਹਨਾਂ ਨੇ ਹਾਂਜੀ ਹਾਂਜੀ ਇਹ ਤਾਂ ਹੈ ਜੀ ਤੇ ਫਿਰ ਪਰਜਾਈ ਜੀ ਐਸੇ ਕੱਲੋਂ ਮੋਟੀ ਹੋ ਕੇ ਬਹਿਲੇ ਰਹਿੰਦੇ ਨੇ ਦਰਸ਼ਕੋ ਜੇ ਮੋٹے ਹੋਣਾ ਤਾਂ ਬਹਿਲੇ ਰਹੋ ਪਰਜਾਈ ਤੋਂ ਸਿੱਖ ਸਕਦੇ ਹੋ ਹਾਂਜੀ ਸਾਡੇ ਦਰਸ਼ਕਾਂ ਨੂੰ ਜਾਂਦੀ ਵਾਰ ਦਾ ਕੋਈ ਤੁਸੀਂ ਖਾਸ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਲੜਾਈ ਪੜਾਈ ਨਾ ਹੋਵੇ ਕੋਈ ਹਾਂ ਵੀ ਆਪਣੀ ਘਰ ਵਾਲੀ ਦਾ ਫੁੱਲ ਖਿਆਲ ਰੱਖੋ ਉਹਦਾ ਕਹਿਣਾ ਨਾ ਮੋੜੋ ਵੀ ਘਰ ਫੇਰ ਬਸਦੇ ਹੁੰਦੇ ਨੇ ਫੇਰ ਖੁਸ਼ ਰਹਿੰਦੇ ਹੁੰਦੇ ਨੇ ਹੁਣ ਦੇਖੋ ਇਹਨਾਂ ਦੇ ਚਿਹਰੇ ਤੇ ਕਿੰਨੀ ਮਸਕਾਨ ਹੈ ਹਾਂਜੀ ਹਾਂਜੀ ਜੇ ਮਤਲਬ ਕਹਿਣ ਦਾ ਭਾਬੇ ਚਾਹ ਮੰਗਦੇ ਨੇ ਤਾਂ ਤੁਸੀਂ ਦੁੱਧ ਦਿੰਦੇ ਹੋ ਹਾਂਜੀ ਹਾਂ ਜੇ ਚਾਹ ਲੱਸੀ ਮੰਗਦੇ ਨੇ ਲੱਸੀ ਮੰਗਦੇ ਨੇ ਫੇਰ ਖੀਰ ਦੇ ਦਾਨੋ ਹਾਂ ਖੀਰ ਦੇ ਦਾਨੇ ਜੀ ਹਾਂਜੀ ਹਾਂਜੀ ਜੇ ਦਹੀਂ ਮੰਗਦੇ ਨੇ ਪਰੌਂਠਾ ਦਿੰਨੇ ਜੀ ਪਰੌਂਠਾ ਦਾ ਮਤਲਬ ਤੁਸੀਂ ਇਹਨਾਂ ਦੀ ਕਦੇ ਮੋੜੀ ਨਹੀਂ ਵੱਧ ਕੇ ਵੱਧ ਕੇ ਹਾਂਜੀ ਹਾਂਜੀ ਕੀ ਬਾਤ ਹੈ ਜੀ ਦੇਖੋ ਇੱਕ ਸੂਟ ਵਾਗਦੇ ਤਾਂ ਦੋ ਦਿੰਨੇ ਹਾਂ ਹਾਂਜੀ ਦੋ ਸੂਟਾਂ ਦੀ ਤਾਂ ਵਸੇ ਆ ਜੋ ਵੀ ਬੂਟੀਆਂ ਵਾਲੇ ਜੀ ਬੂਟੀਆਂ ਵਾਲੇ ਕੀ ਬਾਤ ਹੈ ਦਰਸ਼ਕੋ ਬੂਟੀਆਂ ਵਾਲੇ ਤੇ ਤੁਹਾਡੇ ਨਾਲ ਮਿਲ ਕੇ ਸਾਨੂੰ ਬਹੁਤ ਖੁਸ਼ੀ ਹੋਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮਿਲਾਂਗੇ ਆਪਾਂ ਕਿਸੇ ਹੋਰ ਵਿਸ਼ੇ ਤੇ ਜੀ ਤੇ ਦਰਸ਼ਕੋ ਬਹੁਤ ਬਹੁਤ ਧੰਨਵਾਦ ਜੀ ਤੇ ਦਰਸ਼ਕੋ ਜਿਵੇਂ ਕਿ ਤੁਸੀਂ ਦੇਖਿਆ ਇਹ ਬਹੁਤ ਹੀ ਮਹਾਨ ਜੋੜੀ ਜੋ ਕਿ ਪੂਰੇ ਪੰਜਾਬ ਪੂਰੇ ਵਰਲਡ ਦੇ ਵਿੱਚ ਮਸ਼ਹੂਰ ਹੈ ਅੱਜ ਤੁਹਾਨੂੰ ਜਿੰਨਾ ਨਾਲ ਮਿਲਿਆ ਮੈਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦਬਾ ਦਿਓ ਇਸੇ ਤਰ੍ਹਾਂ ਅਗਲੀ ਵਾਰੀ ਮਿਲਾਂਗੇ ਪੱਕੇ ਸੇ ਹੋਰ ਜੋੜੀ ਨਾਲ ਧੰਨਵਾਦ ਮੈਂ ਹਰਪ੍ਰੀਤ ਸਿੰਘ ਵੀਸੀਆਰ ਬਾਰੇ ਜੱਟ ਚੈਨਲ ਤੋਂ ਤੁਹਾਡੇ ਨਾਲ ਮਿਲੂੰਗਾ ਕਿਸੇ ਹੋਰ ਵਿਸ਼ੇ ਤੇ